ਵਿਚ ਦੀ ਕੋਲਡ ਕੌਫੀ ਹੋਵੇ ਜਾਂ ਸਟਾਰਬਕਸ ਦੀ ਮਹਿੰਗੀ ਕੌਫੀ, ਕੌਫੀ ਦੇ ਸ਼ੌਕੀਨ ਲਗਭਗ ਸਾਰੇ ਹੀ ਨੇ। ਕਦੇ ਤੁਸੀਂ ਸੋਚਿਆ ਹੈ ਕਿ ਕੌਫੀ ਕਿੱਧਰੋਂ ਆਈ ਹੈ, ਕਿਹੜੇ ਦੇਸ਼ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ ਅਤੇ ਭਾਰਤ ਵਿੱਚ ਇਹਨੂੰ ਕੌਣ ਲਿਆਇਆ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕੌਫੀ ਦੇ ਇਤਿਹਾਸ ਬਾਰੇ। ਇਤਿਹਾਸਕਾਰਾਂ ਵਿੱਚ ਹਮੇਸ਼ਾ ਇਸ ਗੱਲ 'ਤੇ ਬਹਿਸ ਹੁੰਦੀ ਰਹੀ ਹੈ ਕਿ ਕੌਫੀ ਦੀ ਪੈਦਾਵਾਰ ਕਿੱਥੋਂ ਸ਼ੁਰੂ ਹੋਈ, ਇਥੋਪੀਆ ਜਾਂ ਫਿਰ ਯਮਨ ਵਿੱਚ। ਇਥੋਪੀਅਨ ਥਿਊਰੀ ਦੇ ਅਨੁਸਾਰ ਖਾਲਿਦ ਨਾਂ ਦਾ ਇੱਕ ਚਰਵਾਹਾ ਆਪਣੀ ਬੱਕਰੀਆਂ ਨੂੰ ਐਨਰਜਾਈਜ਼ ਵੇਖਦਾ ਸੀ ਜਦ ਵੀ ਉਹ ਬੱਕਰੀਆਂ ਲਾਲ ਰੰਗ ਦੀ ਚੈਰੀਜ਼ ਖਾਂਦੀਆਂ ਸਨ। ਖਾਲਿਦ ਉਸ ਚੈਰੀ ਨੂੰ ਲੈ ਕੇ ਇੱਕ ਸਾਧੂ ਕੋਲ ਗਿਆ ਜਿੱਥੇ ਆ ਸਟੂਡੈਂਟਸ ਰਾਤ ਨੂੰ ਪੜ੍ਹਨ ਲਈ ਕੌਫੀ ਪੀਂਦੇ ਹਨ। ਇਸੇ ਤਰ੍ਹਾਂ ਉਸ ਸਾਧੂ ਨੂੰ ਵੀ ਇਹ ਫਲ ਇਸ ਕਰਕੇ ਵਧੀਆ ਲੱਗਿਆ ਕਿਉਂਕਿ ਉਹ ਰਾਤ ਨੂੰ ਜਾ ਕੇ ਪ੍ਰਾਰਥਨਾ ਕਰ ਸਕਦਾ ਸੀ। ਇੱਕ ਕਹਾਣੀ ਇਹ ਵੀ ਹੈ ਕਿ ਸਾਧੂ ਨੂੰ ਫਲ ਦਾ ਸਵਾਦ ਵਧੀਆ ਨਹੀਂ ਲੱਗਿਆ ਅਤੇ ਉਸਨੇ ਗੁੱਸੇ ਵਿੱਚ ਕੌਫੀ ਬੀਨਸ ਨੂੰ ਅੱਗ ਵਿੱਚ ਸੁੱਟ ਦਿੱਤਾ। ਸਾਧੂ ਨੇ ਕਿਹਾ ਵੀ ਇਹ ਸ਼ੈਤਾਨ ਦਾ ਕੰਮ ਹੈ, ਪਰ ਕੌਫੀ ਬੀਨਸ ਦੇ ਅੱਗ ਵਿੱਚ ਸੁੱਟੇ ਜਾਣ 'ਤੇ ਬਹੁਤ ਵਧੀਆ ਮਹਿਕ ਆ ਰਹੀ ਸੀ। ਤਾਂ ਉਹਨਾਂ ਦਾ ਕਹਿਣਾ ਸੀ ਵੀ ਸ਼ੈਤਾਨ ਦੀ ਬਣਾਈ ਕਿਸੇ ਵੀ ਚੀਜ਼ ਤੋਂ ਇੰਨੀ ਵਧੀਆ ਖੁਸ਼ਬੂ ਨਹੀਂ ਆ ਸਕਦੀ। ਅੱਗ ਵਿੱਚੋਂ ਕੱਢ ਕੇ ਕੌਫੀ ਬੀਨਸ ਨੂੰ ਗਰਮ ਪਾਣੀ ਵਿੱਚ ਰੱਖਿਆ ਗਿਆ। ਉਹਨਾਂ ਨੇ ਫਿਰ ਉਸ ਨੂੰ ਚੱਖਿਆ ਅਤੇ ਕੌਫੀ ਦੇ ਸਵਾਦ ਦੇ ਫੈਨ ਬਣ ਗਏ। ਅੱਜ ਦੇ ਟਾਈਮ ਵਿੱਚ ਹਰ ਰੋਜ਼ 2 ਅਰਬ ਤੋਂ ਵੱਧ ਕੌਫੀ ਪੀਤੀ ਜਾਂਦੀ ਹੈ। ਬ੍ਰਿਟੇਨ ਵਿੱਚ ਪਹਿਲਾ ਕੌਫੀ ਹਾਊਸ 1651 ਵਿੱਚ ਆਕਸਫੋਰਡ ਵਿੱਚ ਖੋਲ੍ਹਿਆ ਗਿਆ ਸੀ। ਇਸ ਤੋਂ ਬਾਅਦ ਲੰਡਨ ਵਿੱਚ ਵੀ ਇਸ ਦੀ ਸ਼ੁਰੂਆਤ ਹੋਈ। ਕੌਫੀ 1 ਪੈਨੀ ਦੇ ਵਿੱਚ ਮਿਲਦੀ ਸੀ ਤਾਂ ਕੌਫੀ ਦੇ ਅੱਡਿਆਂ ਨੂੰ ਪੈਨ ਯੂਨੀਵਰਸਿਟੀ ਕਿਹਾ ਗਿਆ। ਇਹ ਕੌਫੀ ਹਾਊਸ ਮਰਦਾਂ ਲਈ ਹੁੰਦੇ ਸਨ ਤਾਂ ਕੌਫੀ ਨੂੰ ਉਹਨਾਂ ਦੇ ਡਰਿੰਕ ਮੰਨਿਆ ਗਿਆ ਸੀ। ਕੌਫੀ ਦਾ ਸਵਾਦ ਅੱਜ ਵੀ ਕਈਆਂ ਨੂੰ ਨਹੀਂ ਪਸੰਦ, ਪਰ ਬ੍ਰਿਟੇਨ ਵਿੱਚ ਇਸ ਨੂੰ ਚਾਹ ਦੇ ਵਾਂਗ ਦੁੱਧ ਅਤੇ ਖੰਡ ਨਾਲ ਮਿਲਾ ਕੇ ਪੀਣ ਦਾ ਰਿਵਾਜ਼ ਹੈ। 18ਵੀਂ ਸਦੀ ਤੱਕ ਕੌਫੀ ਬ੍ਰਿਟਿਸ਼ ਲਾਈਫਸਟਾਈਲ ਦਾ ਹਿੱਸਾ ਬਣ ਗਈ ਅਤੇ ਕੌਫੀ ਹਾਊਸ ਤੋਂ ਨਿਕਲ ਕੇ ਲੋਕਾਂ ਦੇ ਘਰਾਂ ਵਿੱਚ ਪਹੁੰਚ ਗਈ ਅਤੇ ਇਸ ਨੂੰ ਖਾਣੇ ਤੋਂ ਬਾਅਦ ਪੀਣ ਦਾ ਰਿਵਾਜ਼ ਸ਼ੁਰੂ ਹੋ ਗਿਆ। ਕੌਫੀ ਬੀਨਸ ਨੂੰ ਬੀਨਸ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਬੀਨਸ ਵਰਗੇ ਦਿਸਦੇ ਹਨ, ਪਰ ਅਸਲ ਵਿੱਚ ਇਹ ਬੈਰੀਜ ਹੁੰਦੇ ਨੇ। ਭਾਵੇਂ ਕੌਫੀ ਦੀ ਖੋਜ ਇਥੋਪੀਆ ਵਿੱਚ ਹੋਈ ਸੀ, ਪਰ ਕੌਫੀ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਬ੍ਰਾਜ਼ੀਲ ਵਿੱਚ ਹੈ। ਡਾਕਟਰਸ ਦਾ ਕਹਿਣਾ ਹੈ ਕਿ ਦਿਨ ਵਿੱਚ 2 ਕੱਪ ਕੌਫੀ ਬਹੁਤ ਹੈ। ਜ਼ਿਆਦਾ ਕੌਫੀ ਸਿਹਤ ਲਈ ਹਾਨੀਕਾਰਕ ਹੈ ਕਿਉਂਕਿ ਕੌਫੀ ਵਿੱਚ ਕੈਫੀਨ ਹੁੰਦਾ ਹੈ, ਜਿਸ ਦਾ ਜ਼ਿਆਦਾ ਸੇਵਨ ਸਿਹਤ ਨੂੰ ਖਰਾਬ ਕਰ ਸਕਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕੌਫੀ ਭਾਰਤ ਵਿੱਚ ਕਿਵੇਂ ਆਈ। ਭਾਰਤ ਦੇ ਚਿਕਮਾਗਲੌਰ ਵਿੱਚ ਕੌਫੀ ਦੀ ਸ਼ੁਰੂਆਤ ਹੋਈ ਸੀ। ਕੌਫੀ ਅਰਬਾਂ ਦੇਸ਼ਾਂ ਵਿੱਚ ਹੁੰਦੀ ਸੀ ਅਤੇ ਉਹ ਬਾਕੀ ਮੁਲਕਾਂ ਵਿੱਚ ਇਸ ਦੀ ਸ਼ੁਰੂਆਤ ਨਹੀਂ ਚਾਹੁੰਦੇ ਸਨ। ਬਾਬਾ ਬੁਦਾਨ 1 ਵਾਰ ਯਮਨ ਗਏ ਅਤੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ 7 ਕੌਫੀ ਬੀਨਸ ਚੁਰਾਏ, ਪਰ ਕਈਆਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਉਹ ਗਿਫਟ ਮਿਲੇ ਸਨ ਅਤੇ ਉਹ ਕੌਫੀ ਬੀਨਸ ਲਿਆ ਕੇ ਉਹਨਾਂ ਨੇ ਚਿਕਮਾਗਲੌਰ ਵਿੱਚ ਕੌਫੀ ਦੀ ਸ਼ੁਰੂਆਤ ਕੀਤੀ। ਇਹ ਸੀ ਕੌਫੀ ਦਾ ਭਾਰਤ ਤੱਕ ਦਾ ਸਫ਼ਰ।